ਸਾਨੂੰ 2000 ਦੇ ਤਕਰੀਬਨ ਬਿਆਨ ਕੋ ਢਿਲੋਤੇ ਜਗਸੀਰ ਸਿੰਘ ਅਮਰੀਕਾ ਦੇ ਵਿੱਚ ਆਉਂਦੇ ਨੇ ਤੇ ਇੱਥੇ ਆ ਕੇ ਉਹ ਆਪਸ ਦੇ ਵਿੱਚ ਵਿਆਹ ਕਰਵਾਉਂਦੇ ਨੇ ਤੇ ਕੁਝ ਸਮੇਂ ਬਾਅਦ ਹੀ ਪੱਕੇ ਹੋ ਜਾਂਦੇ ਨੇ ਉਹਨਾਂ ਦੀ ਜ਼ਿੰਦਗੀ ਬਹੁਤ ਹੀ ਖੂਬਸੂਰਤ ਚੱਲ ਰਹੀ ਹੁੰਦੀ ਆ ਉਹ ਉਸ ਟਾਈਮ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦੇ ਘਰ ਦੋ ਬੱਚੇ ਜਨਮ ਲੈਂਦੇ ਨੇ ਇੱਕ ਲੜਕੀ ਤੇ ਇੱਕ ਲੜਕਾ ਸਨ 2018 ਦੇ ਤੱਕ ਉਹਨਾਂ ਦੀ ਜ਼ਿੰਦਗੀ ਬਹੁਤ ਹੀ ਖੂਬਸੂਰਤ ਹੁੰਦੀ ਆ ਕਿਉਂਕਿ ਸਨ 2016 ਦੇ ਵਿੱਚ ਉਹ ਨਿਊਯਾਰਕ ਤੋਂ ਕੈਲੀਫੋਰਨੀਆ ਦੇ ਵਿੱਚ ਮੂਵ ਹੋ ਜਾਂਦੇ ਨੇ ਇੱਥੇ ਉਹ 200 ਬਲੌਕ ਆਫ ਸ਼ੈਨੀ ਕ੍ਰੀਗ ਐਵਨਿਊ ਸਾਊਥ-ਵੈਸਟ ਬ੍ਰੈਕਸਫੀਲਡ ਦੇ ਵਿੱਚ ਰਹਿੰਦੇ ਨੇ ਉਸ ਟਾਈਮ ਬਿਆਨਤ ਕੌਰ ਢਿੱਲੋਂ ਦੀ ਉਮਰ 45 ਸਾਲ ਤੇ ਜਗਸੀਰ ਸਿੰਘ ਦੀ ਉਮਰ 47 ਸਾਲ ਸੀ ਉਹਨਾਂ ਦੇ ਬੱਚਿਆਂ ਦੀ ਉਮਰ ਵੀ 15 ਤੇ 16 ਸਾਲ ਹੋ ਚੁੱਕੀ ਸੀ ਸਾਲ 2016 ਦੇ ਵਿੱਚ ਉਹਨਾਂ ਦੇ ਘਰ ਇੱਕ ਹੋਰ ਮੁੰਡਾ ਰਹਿਣ ਆਉਂਦਾ ਏ ਜਿਸ ਦਾ ਨਾਮ ਬਖਸ਼ਿੰਦਰ ਪਾਲ ਸਿੰਘ ਦੱਸਿਆ ਜਾਂਦਾ ਹੈ ਜੋ ਕਿ ਰਿਸ਼ਤੇ ਦੇ ਵਿੱਚ ਬਿਆਨਤ ਕੌਰ ਢਿੱਲੋਂ ਦਾ ਭਤੀਜਾ ਸੀ ਉਹ ਉਹਨਾਂ ਦੇ ਘਰ ਰਹਿਣਾ ਸ਼ੁਰੂ ਕਰ ਦਿੰਦਾ ਏ ਤੇ ਉਹ ਦੋ ਨੰਬਰ ਦੇ ਰਾਹੀਂ ਅਮਰੀਕਾ ਦੇ ਵਿੱਚ ਆਇਆ ਸੀ ਜਾਨੀ ਕਿ ਆਪਾਂ ਸਭ ਜਾਣਦੇ ਆਂ ਕਿ ਉਹ ਯੂਐਸ ਤੇ ਮੈਕਸੀਕੋ ਦਾ ਬਾਰਡ ਟੱਪ ਕੇ ਆਇਆ ਸੀ ਇੱਥੇ ਰਹਿੰਦੇ ਉਹਨਾਂ ਦੀ ਜ਼ਿੰਦਗੀ ਬਹੁਤ ਹੀ ਖੂਬਸੂਰਤ ਚੱਲਦੀ ਆ ਆਖਿਰ ਦਿਨ ਆ ਜਾਂਦਾ ਹੈ 12 ਨਵੰਬਰ 2018 ਉਸ ਦਿਨ ਬਯੰਤ ਕੋ ਢਿੱਲੋ ਆਪਣੇ ਘਰ ਦੇ ਵਿੱਚ ਸੀ ਤੇ ਉਸ ਟਾਈਮ ਹੀ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਲੜਕੀ ਜੈਨ ਨੇ ਬਾਥ ਟੱਬ ਦੇ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਬੱਚੇ ਨੂੰ ਜਨਮ ਦੇ ਅਨਸਾਰ ਹੀ ਉਹ 16 ਸਾਲਾਂ ਦੀ ਬੱਚੀ ਬੇਹੋਸ਼ ਹੋ ਜਾਂਦੀ ਹੈ ਜਦੋਂ ਉਸ ਬੱਚੀ ਨੂੰ ਹੋਸ਼ ਆਉਂਦਾ ਹੈ ਤਾਂ ਬਕਸ਼ੇਂਦਰ ਪਾਲ ਸਿੰਘ ਉਸ ਬੱਚੀ ਨੂੰ ਦੱਸਦਾ ਹੈ ਕਿ ਉਸ ਬੱਚੇ ਨੂੰ ਕਿਸੇ ਨੂੰ ਗੋਦ ਦੇ ਦਿੱਤਾ ਗਿਆ ਹੈ ਤਾਂ ਕਿ ਉਹ ਆਪਣੀ ਜ਼ਿੰਦਗੀ ਬਹੁਤ ਵਧੀਆ ਚਲਾ ਸਕੇ ਪਰ ਇਹ ਕਿਸ ਦਾ ਬੱਚਾ ਸੀ ਤੇ ਉਸਨੇ ਬਾਸਟਾਪ ਦੇ ਵਿੱਚ ਬੱਚੇ ਨੂੰ ਜਨਮ ਕਿਉਂ ਦਿੱਤਾ ਤੇ ਉਸ ਬੱਚੇ ਨੂੰ ਕਿਸੇ ਨੂੰ ਗੋਦ ਕਿਉਂ ਦਿੱਤਾ ਗਿਆ ਇਹ ਜਾਣਕਾਰੀ ਸਿਰਫ ਉਸ ਬੱਚੀ ਨੂੰ ਨਹੀਂ ਸੀ ਪਤਾ ਬਾਕੀ ਸਭ ਨੂੰ ਪਤਾ ਸੀ ਇਸ ਤੋਂ ਬਾਅਦ 4-5 ਮਹੀਨੇ ਲੰਘ ਜਾਂਦੇ ਨੇ ਤੇ ਫਰਵਰੀ 2019 ਦਾ ਮਹੀਨਾ ਆ ਜਾਂਦਾ ਹੈ ਇੱਕ ਦਿਨ ਜਗਸੀਰ ਸਿੰਘ ਆਪਣੀ ਬੱਚੀ ਨਾਲ ਲੜਦਾ ਹੋਇਆ ਕਹਿੰਦਾ ਹੈ ਕਿ ਤੇਰਾ ਵੀ ਉਹੀ ਅਸ਼ਰ ਹੋਵੇਗਾ ਜੋ ਤੇਰੇ ਬੱਚੇ ਦਾ ਹੋਇਆ ਏ ਇਸ ਤੋਂ ਬਾਅਦ ਉਸ ਬੱਚੀ ਦਾ ਪਰਾ ਉਸ ਨੂੰ ਦੱਸਦਾ ਹੈ ਉਸ ਦੇ ਚੀਨ ਨੂੰ ਜਾਨੀ ਕਿ ਬਿਆੰਤ ਕੌਰ ਦੇ ਪੋਤੇ ਨੂੰ ਉਹਨਾਂ ਨੇ ਮਾਰ ਕੇ ਘਰ ਦੇ ਪਿਛਲੇ ਬੈਕਯਾਰਡ ਦੇ ਵਿੱਚ ਨੱਪ ਦਿੱਤਾ ਗਿਆ ਹੈ 25 ਫਰਵਰੀ 2019 ਨੂੰ ਬੱਚੀ ਸਕੂਲ ਜਾਂਦੀ ਆ ਤੇ ਸਕੂਲ ਦੇ ਵਿੱਚ ਉਹ ਸਾਰਾ ਕੁਝ ਆਪਣੇ ਟੀਚਰਾਂ ਨੂੰ ਦੱਸ ਦਿੰਦੀ ਆ ਕਿਉਂਕਿ ਸ਼ੁਰੂ ਦੇ ਵਿੱਚ ਉਸ ਬੱਚੀ ਨੂੰ ਸੀ ਕਿ ਉਸ ਦਾ ਬੱਚਾ ਕਿਸੇ ਨੂੰ ਗੋਦ ਦੇ ਦਿੱਤਾ ਗਿਆ ਹੈ ਜਦੋਂ ਹੀ ਇਹ ਗੱਲ ਟੀਚਰਾਂ ਨੂੰ ਪਤਾ ਲੱਗਦਾ ਹੈ ਉਹ ਪੁਲਿਸ ਨੂੰ ਉਸ ਟਾਈਮ ਹੀ ਇਨਫਾਰਮ ਕਰ ਦਿੰਦੇ ਨੇ ਤੇ 26 ਫਰਵਰੀ 2019 ਨੂੰ ਪੁਲਿਸ ਉਹਨਾਂ ਦੇ ਘਰ ਰੇਡ ਕਰਦੀ ਆ ਤਿੰਨੇ ਲੋਕਾਂ ਨੂੰ ਫੜ ਲਿਆ ਜਾਂਦਾ ਹੈ ਤੇ ਘਰ ਦੇ ਬੈਕਯਾਰਡ ਦੇ ਵਿੱਚ ਨਕਾਲ ਲੱਭ ਲਈ ਜਾਂਦੇ ਆ ਪੁਲਿਸ ਦੁਆਰਾ ਇਹ ਸਭ ਤੋਂ ਇਹ ਸਭ ਤੋਂ ਹੋ ਜਾਂਦਾ ਹੈ ਕਿ ਉਹ ਬੱਚਾ ਕਿਸ ਨੂੰ ਗੋਦ ਨਹੀਂ ਸੀ ਦੇ ਦਿੱਤਾ ਗਿਆ ਪਰ ਆਖਰਕਾਰ ਉਸ ਨੂੰ ਮਾਰਿਆ ਕਿਉਂ ਗਿਆ ਇਹ ਸਭ ਚੀਜ਼ ਦੀ ਕਹਾਣੀ ਪੁਲਿਸ ਆਪਣੀ ਮੋੜਲੀ ਪੁੱਛਗਿਸ ਦੇ ਵਿੱਚ ਹੀ ਸਾਹਮਣੇ ਲਾਏ ਆਉਂਦੀ ਆ ਉਸ ਟਾਈਮ ਬਿਆਨਕੌਰ ਢਿੱਲੋਂ ਦੱਸਦੀ ਹੈ 26 ਨਵੰਬਰ 2018 ਨੂੰ ਉਹ ਬੱਚੀ ਬਾਸਟੱਬ ਦੇ ਵਿੱਚ ਬੱਚੇ ਨੂੰ ਜਨਮ ਦਿੰਦੀ ਆ ਪਰ ਇੱਥੇ ਇਹ ਸਮਝਣ ਦੀ ਲੋੜ ਹੈ ਕਿ ਆਖਰਕਾਰ 9 ਮਹੀਨੇ ਤੱਕ ਗਰਭ ਬਤੀ ਰਹੀ ਬੱਚੀ ਦਾ ਬਿਆਨਕੌਰ ਢਿੱਲੋਂ ਨੂੰ ਕਿਉਂ ਨਹੀਂ ਪਤਾ ਲੱਗਿਆ ਜਾਂ ਕਿਸੇ ਹੋਰ ਫੈਮਿਲੀ ਮੈਂਬਰ ਨੂੰ ਕਿਉਂ ਨਹੀਂ ਸੀ ਪਤਾ ਲੱਗਾ ਜਾਂ ਫਿਰ ਬਿਆੰਤ ਕੌਰ ਢਿੱਲੋ ਇਹ ਸਭ ਜਾਣਦੀ ਸੀ ਤੇ ਉਹ ਇਸ ਸਭ ਦੇ ਲਈ ਪਹਿਲਾਂ ਹੀ ਤਿਆਰ ਸੀ ਜਿੱਦਾਂ ਹੀ ਉਹ ਬੱਚੀ ਉਸ ਬੱਚੇ ਨੂੰ ਜਨਮ ਦਿੰਦੀ ਹੈ ਇਸ ਤੋਂ ਬਾਅਦ ਉਹ ਬੇਹੋਸ਼ ਹੋ ਜਾਂਦੀ ਹੈ ਬੇਹੋਸ਼ ਹੋਣ ਤੋਂ ਬਾਅਦ ਬਿਆੰਤ ਕੌਰ ਉਸ ਬਾਥ ਟੱਬ ਦੇ ਵਿੱਚ ਹੀ ਉਸ ਬੱਚੇ ਨੂੰ ਡੁਬੋ ਕੇ ਮਾਰ ਦਿੰਦੀ ਹੈ ਜਿਸ ਤੋਂ ਬਾਅਦ ਜਕਸੀਰ ਸਿੰਘ ਦੇ ਬਿਆਨ ਲਈ ਜਾਂਦੇ ਨੇ ਤੇ ਜਕਸੀਰ ਸਿੰਘ ਆਪਣੇ ਬਿਆਨਾਂ ਦੇ ਵਿੱਚ ਦੱਸਦਾ ਹੈ ਕਿ ਉਹ ਉਸ ਟਾਈਮ ਘਰ ਦੇ ਵਿੱਚ ਨਹੀਂ ਸੀ ਜਿੱਦਾਂ ਉਹ ਘਰ ਆਉਂਦਾ ਹੈ ਤਾਂ ਬਿਆਨਤ ਕੌਰ ਢਿੱਲੋਂ ਦੁਆਰਾ ਉਸ ਨੂੰ ਸਭ ਕੁਝ ਦੱਸ ਦਿੱਤਾ ਜਾਂਦਾ ਹੈ ਤੇ ਜਿਸ ਤੋਂ ਬਾਅਦ ਬਿਆਨਤ ਕੌਰ ਢਿੱਲੋਂ ਉਸ ਬੱਚੇ ਨੂੰ ਬੈਕਯਾਰਡ ਦੇ ਵਿੱਚ ਦੱਬਣ ਦੇ ਲਈ ਕਹਿੰਦੀ ਆ ਜਕਸੀਰ ਸਿੰਘ ਬਖਸ਼ਿੰਦਰ ਪਾਲ ਸਿੰਘ ਦੇ ਨਾਲ ਰਲ ਕੇ ਉਸ ਬੱਚੇ ਨੂੰ ਬੈਕਯਾਰਡ ਦੇ ਵਿੱਚ ਦੱਬ ਦਿੰਦਾ ਹੈ ਉਹ ਇਸ ਕੇਸ ਦੇ ਵਿੱਚ ਕੁਝ ਵੀ ਨਹੀਂ ਕਰ ਪਾਉਂਦਾ ਕਿਉਂਕਿ ਉਸ ਨੂੰ ਡਰ ਸੀ ਕਿ ਬਿਆਨਤ ਕੌਰ ਢਿੱਲੋਂ ਉਸ ਨੂੰ ਛੱਡ ਦੇਵੇਗੀ ਤੇ ਜਿਸ ਤੋਂ ਬਾਅਦ ਉਸ ਨੂੰ ਦੇਸ਼ ਕਾਲਾ ਦੇ ਦਿੱਤਾ ਜਾਵੇਗਾ ਕਿਉਂਕਿ ਜਕਸੀਰ ਸਿੰਘ ਬਿਆੰਤਕੌਰ ਦੇ ਹੇਠਾਂ ਹੀ ਪੱਕਾ ਹੋਇਆ ਸੀ ਤੇ ਉਸ ਨੂੰ ਡਰ ਸੀ ਕਿ ਉਸ ਨੂੰ ਬਾਹਰਤ ਵਾਪਸ ਆਉਣਾ ਪਵੇ ਜਿੱਥੋਂ ਬਾਅਦ ਦੇ ਵਿੱਚ ਪੁਲਿਸ 26 ਫਰਵਰੀ ਨੂੰ ਉਹ ਜਗ੍ਹਾ ਤੋਂ ਹੀ ਲਾਸ਼ ਲੱਭ ਲੈਂਦੀ ਹੈ ਇਸ ਪੁਛਗਿਸਤ ਤੋਂ ਬਾਅਦ ਉਹਨਾਂ ਤਿੰਨੇ ਜਾਨਾਂ ਤੇ ਇਹ ਕੇਸ ਸਿੱਧ ਹੋ ਜਾਂਦਾ ਹੈ ਪਰ ਕੁਝ ਦਿਨ ਬਾਅਦ ਹੀ ਜਕਸੀਰ ਸਿੰਘ 50000 ਰੁਪਏ ਦਾ ਬੌਂਡ ਭਰ ਕੇ ਜ਼ਮਾਨਤ ਤੇ ਰਹਾ ਹੋ ਜਾਂਦਾ ਹੈ ਉਸ ਨੂੰ 13 ਮਾਰਚ 2019 ਨੂੰ ਦੁਬਾਰਾ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਜਾਂਦਾ ਹੈ ਪਰ 7 ਮਾਰਚ 2019 ਨੂੰ ਪੁਲਿਸ ਨੂੰ ਇੱਕ ਫੋਨ ਕਾਲ ਆਉਂਦੀ Yeah. ਤੇ ਪੁੱਲਸ ਉਸ ਘਰ ਦੇ ਵਿੱਚ ਪਹੁੰਚਦੀ ਹੈ ਜਿੱਥੇ ਬਿਆਨਤ ਕੌਰ ਤੇ ਜਗਸੀਰ ਸਿੰਘ ਰਹਿੰਦੇ ਸਨ ਤੇ ਉਹਨਾਂ ਨੂੰ ਉਸ ਘਰ ਦੇ ਵਿੱਚੋਂ ਜਗਸੀਰ ਸਿੰਘ ਦੀ ਲਾਸ਼ ਲੱਭ ਜਾਂਦੀ ਹੈ ਜਿਸ ਨੇ ਘਰ ਦੇ ਵਿੱਚ ਫਾਹਾ ਲੈ ਲਿਆ ਸੀ ਉਸ ਨੇ ਇਹ ਫਾਹਾ ਬਦਨਾਮੀ ਦੇ ਚੱਲਦੇ ਲਿਆ ਸੀ ਕਿਉਂਕਿ ਉਸ ਨੂੰ ਸੀ ਕਿ ਉਸ ਦੀ ਆਪਣੀ ਸੁਸਾਇਟੀ ਦੇ ਵਿੱਚ ਬਹੁਤ ਸਾਰੀ ਬਦਨਾਮੀ ਹੋ ਚੁੱਕੀ ਹੈ ਇਸ ਤੋਂ ਬਾਅਦ ਬਿਆਨਤ ਕੌਰ ਧੋ ਦੀ ਫੇਰ ਇੰਟਰਵਿਊ ਕੀਤੀ ਜਾਂਦੀ ਹੈ ਤੇ ਬਿਆਨਤ ਕੌਰ ਉਸ ਇੰਟਰਵਿਊ ਦੇ ਵਿੱਚ ਮੰਨ ਜਾਂਦੀ ਹੈ ਕਿ ਉਸ ਨੇ ਹੀ ਉਸ ਬੱਚੇ ਦਾ ਕਤਲ ਕੀਤਾ ਸੀ ਤੇ ਜਗਸੀਰ ਸਿੰਘ ਤੇ ਆਪਣੇ ਪਤੀਜੇ ਪ੍ਰਕਸ਼ਿੰਦਰਪਾਲ ਸਿੰਘ ਨਾਲ ਰਲ ਕੇ ਹੀ ਉਸ ਬੱਚੇ ਨੂੰ ਘਰ ਦੇ ਵਿੱਚ ਦੱਬ ਦਿੱਤਾ ਸੀ ਪਰ ਇਹ ਸਭ ਕੁਝ ਬਿਆਨਤ ਕੋਰਟੇਲੋ ਨੇ ਕਿਉਂ ਕੀਤਾ ਸੀ ਇਹ ਸਭ ਕੁਝ ਉਸਨੇ ਆਪਣੇ ਭਤੀਜੇ ਨੂੰ ਬਚਾਉਣ ਦੇ ਲਈ ਕੀਤਾ ਸੀ ਯਾਨੀ ਰਕਸ਼ੇਂਦਰ ਪਾਲ ਸਿੰਘ ਨੂੰ ਬਚਾਉਣ ਦੇ ਲਈ ਕੀਤਾ ਸੀ ਕਿਉਂਕਿ ਉਹ ਹੀ ਉਸ ਬੱਚੇ ਦਾ ਪਿਓ ਸੀ ਜਿਸ ਨੂੰ ਬਿਆਨਤ ਕੋਰਟੇਲੋ ਨੇ ਮਾਰ ਦਿੱਤਾ ਸੀ ਯਾਨੀ ਕਿ ਬਿਆਨਤ ਕੋਰਟੇਲੋ ਦੀ ਕੁੜੀ ਦੇ ਨਾਲ ਬਿਸ਼ੇਂਦਰਪਾਲ ਸਿੰਘ ਦੇ ਹੀ ਰਿਸ਼ਤੇ ਸਨ ਤੇ ਉਹ ਬੱਚੀ ਬਿਸ਼ੇਂਦਰਪਾਲ ਸਿੰਘ ਨੂੰ ਪਿਆਰ ਕਰਦੇ ਸੀ ਇਸ ਤੋਂ ਬਾਅਦ 21 ਜੂਨ 2019 ਨੂੰ ਬਿਸ਼ੇਂਦਰਪਾਲ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਪਰ ਕੁਝ ਸਮੇਂ ਬਾਅਦ ਹੀ ਉਸ ਨੂੰ ਕੁਝ ਸ਼ਰਤਾਂ ਦੇ ਉੱਤੇ ਰਹਾ ਕਰ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਸੀ ਕਿ ਉਸ ਨੂੰ ਪੈਰਾਂ ਦੇ ਵਿੱਚ ਜੀਪੀਐਸ ਸਿਸਟਮ ਪਾ ਕੇ ਰਹਿਣਾ ਪਊ ਤੇ ਉਹ ਕੈਲੀਫੋਰਨੀਆ ਤੋਂ ਬਾਹਰ ਨਹੀਂ ਜਾ ਸਕਦਾ ਉਸ ਨੂੰ ਕੈਲੀਫੋਰਨੀਆ ਦੇ ਵਿੱਚ ਹੀ ਰਹਿਣਾ ਪਵੇਗਾ ਪਰ ਕੁਝ ਸਮੇਂ ਬਾਅਦ ਹੀ ਜਦੋਂ ਬਿਸ਼ੇਂਦਰਪਾਲ ਸਿੰਘ ਨੂੰ ਲੱਗਦਾ ਹੈ ਕਿ ਉਸ ਨੂੰ ਵੀ ਜੇਲ੍ਹ ਹੋਵੇਗੀ ਤਾਂ ਉਹ ਉਸ ਜੀਪੀਐਸ ਤੰ ਨੂੰ ਕੱਟ ਕੇ ਉਤੋਂ ਭੱਜ ਜਾਂਦਾ ਹੈ ਤੇ ਲੱਦ ਪੱਗ 2021 ਤੱਕ ਪੁਲਿਸ ਨੂੰ ਕਿਤੇ ਵੀ ਨਹੀਂ ਲੱਭਦਾ ਆਖਿਰਕਾਰ 2021 ਦੇ ਵਿੱਚ ਵਿਕਸ਼ੇਂਦਰ ਪਾਲ ਸਿੰਘ ਕੈਨੇਡਾ ਦੇ ਵਿੱਚ ਗ੍ਰਿਫਤਾਰ ਹੋ ਜਾਂਦਾ ਹੈ ਗੈਰ ਕਾਨੂੰਨੀ ਟੰਗ ਦੇ ਨਾਮ ਰਹਿਣ ਕਰਕੇ ਪਰ ਬਾਅਦ ਦੇ ਵਿੱਚ ਕੈਨੇਡਾ ਪੁਲਿਸ ਨੂੰ ਵੀ ਪਤਾ ਲੱਗਦਾ ਹੈ ਕਿ ਉਸ ਦੇ ਉੱਤੇ ਰੇਪ ਦਾ ਕੇਸ ਦਰਜ ਹੋ ਚੁੱਕਿਆ ਹੈ ਕੈਲੀਫੋਰਨੀਆ ਦੇ ਵਿੱਚ ਜਿਸ ਤੋਂ ਬਾਅਦ ਵਿਕਸ਼ੇਂਦਰ ਪਾਲ ਸਿੰਘ ਨੂੰ ਵਾਪਸ ਕੈਲੀਫੋਰਨੀਆ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਉਸ ਬੱਚੀ ਦੀ ਜਾਨ ਦੀ ਵੀ ਗਵਾਹੀ ਲਈ ਜਾਂਦੀ ਹੈ ਤੇ ਜਿਸ ਦੇ ਵਿੱਚ ਉਹ ਦੱਸਦੀ ਹੈ ਕਿ ਉਹਨਾਂ ਦਾ ਪਿਤਾ ਜਗਸੀਰ ਸਿੰਘ ਉਹ ਉਹਨਾਂ ਬਹੁਤ ਜ਼ਿਆਦਾ ਕੁੱਟਮਾਰ ਕਰਿਆ ਕਰਦਾ ਸੀ ਤੇ ਉਹਨਾਂ ਨੂੰ ਇਮੋਸ਼ਨਲੀ ਵੀ ਅਬਿਊਜ਼ ਕਰਦਾ ਸੀ ਜਦੋਂ ਉਹ ਨਿਊਯਾਰਕ ਦੇ ਵਿੱਚ ਰਹਿੰਦੇ ਸਨ 2016 ਦੇ ਵਿੱਚ ਜਦੋਂ ਉਹ ਕੈਲੀਫੋਰਨੀਆ ਮੂਵ ਹੁੰਦੇ ਆ ਤਾਂ ਉਹਨਾਂ ਦੀ ਕੁੱਟਮਾਰ ਜ਼ਰੂਰ ਰੁਕ ਜਾਂਦੀ ਆ ਪਰ ਇਮੋਸ਼ਨਲੀ ਅਬਿਊਜ਼ ਚੱਲਦਾ ਹੀ ਰਿਹਾ ਸੀ ਤੇ ਬਾਅਦ ਦੇ ਵਿੱਚ ਉਹਨਾਂ ਦੇ ਘਰ ਵਿਕਸ਼ੇਂਦਰ ਪਾਲ ਸਿੰਘ ਰਹਿਣ ਆਉਂਦਾ ਏ ਤੇ ਜਿਸ ਦੇ ਨਾਲ ਉਸ ਨੂੰ ਪਿਆਰ ਹੋ ਜਾਂਦਾ ਏ ਕਿਉਂਕਿ ਜਦੋਂ ਉਹ ਵਿਕਸ਼ੇਂਦਰ ਪਾਲ ਸਿੰਘ ਦੇ ਨਾਲ ਹੁੰਦੀ ਸੀ ਤਾਂ ਉਸ ਨੂੰ ਸੇਫ ਫੀਲ ਹੁੰਦਾ ਸੀ ਤੇ ਜਿਸ ਤੋਂ ਬਾਅਦ ਉਹਨਾਂ ਦੇ ਫਿਜ਼ੀਕਲ ਰਿਸ਼ਤੇ ਬਣ ਜਾਂਦੇ ਆ ਤੇ ਬਾਅਦ ਦੇ ਵਿੱਚ ਇਹ ਸਾਰਾ ਐਕਸੀਡੈਂਟ ਸਾਹਮਣੇ ਆਉਂਦਾ ਏ। ਇਸ ਤੋਂ ਬਾਅਦ ਬਿਆਨਤਕਾਰ ਦੇ بیٹے ਦੀ ਵੀ ਗਵਾਹੀ ਹੁੰਦੀ ਆ। ਉਹ ਵੀ ਦੱਸਦਾ ਏ ਕਿ ਉਹ ਉਸ ਦਿਨ ਘਰ ਦੇ ਵਿੱਚ ਹੀ ਸੀ ਜਿਸ ਦਿਨ ਉਸ ਦੀ ਭੈਣ ਨੇ ਉਸ ਬੱਚੇ ਨੂੰ ਬਾਥਟੱਬ ਦੇ ਵਿੱਚ ਜਨਮ ਦਿੱਤਾ। ਜਿੱਦਾਂ ਹੀ ਉਹ ਬਾਥਟੱਬ ਦੇ ਕੋਲ ਪਹੁੰਚਿਆ ਤਾਂ ਉਸ ਨੇ ਬਹੁਤ ਸਾਰਾ ਖੂਨ ਦੇਖਿਆ ਤੇ ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ ਸੀ। ਤੇ ਉਸ ਨੇ ਵੀ ਇਹ ਚੀਜ਼ ਕਨਫਰਮ ਕੀਤੀ ਸੀ ਕਿ ਉਸ ਦਾ ਪਿਤਾ ਉਹਨਾਂ ਨਾਲ ਬਹੁਤ ਹੀ ਜ਼ਿਆਦਾ ਕੁੱਟਮਾਰ ਕਰਦਾ ਸੀ ਜਦੋਂ ਉਹ ਸ਼ਰਾਬ ਪੀ ਲੈਂਦਾ ਸੀ। ਜਿਸ ਕਰਕੇ ਉਹਨਾਂ ਨਾਲ ਬਹੁਤ ਹੀ ਜ਼ਿਆਦਾ ਟੌਰਚਰ ਹੁੰਦਾ ਸੀ ਤੇ ਇਹੀ ਕਾਰਨ ਸੀ ਉਸ ਬੱਚੇ ਦੇ ਨਾਲ ਜਿੰਦ ਪਾਸਿੰਗ ਦੇ ਰਿਸ਼ਤੇ ਬੰਨਦੇ ਆਖਰ 2020 ਦੇ ਵਿੱਚ ਬੰਤਕੌਰ ਢਿੱਲੋਂ ਤੇ ਇਹ ਸਾਰੇ ਕੇਸ ਸਿੱਧ ਹੋ ਜਾਂਦੇ ਆ ਉਸ ਨੂੰ ਫਸਟ ਡਿਗਰੀ ਕਤਲ ਦੇ ਵਿੱਚ ਤੇ ਉਸ ਬੱਚੀ ਦੀ ਦੇਖਭਾਲ ਨਾ ਕਰਨ ਦੇ ਉੱਤੇ 29 ਸਾਲਾਂ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਇਸ ਸਬੰਧ ਵਿੱਚ ਉਹਨਾਂ ਦਾ ਸਾਰਾ ਘਰ ਤੈਜ਼ਨਾਸ ਹੋ ਚੁੱਕਿਆ ਹੈ ਕਿਉਂਕਿ ਜਗਸੀਰ ਸਿੰਘ ਆਪਣੀ ਬਦਨਾਮੀ ਦੇ ਡਰੋਂ ਡਰਦੇ ਹੋਏ ਨੇ ਆਪਣੇ ਆਪ ਨੂੰ ਫਾਹਲਾ ਲਿਆ ਸੀ ਤੇ ਬੰਤਕੌਰ ਹੋਣ ਲੱਗ ਪਗ ਅਗਲੇ 29 ਸਾਲ ਜੇਲ੍ਹ ਦੇ ਵਿੱਚ ਹੀ ਗੁਜ਼ਾਰੇਗੀ ਯਾਨੀ ਕਿ ਜਦੋਂ ਤੱਕ ਉਹ ਰਹਾ ਹੋਵੇਗੀ ਉਸ ਦੀ ਉਮਰ 70 ਤੋਂ 80 ਸਾਲ ਹੋ ਚੁੱਕੀ ਹੋਵੇ ਜਦੋਂ ਬਿਆਨਤਕਾਰ ਤੋਂ ਪੁੱਛਿਆ ਗਿਆ ਸੀ ਕਿ ਉਸਨੇ ਇਹ ਸਭ ਕੁਝ ਕਿਉਂ ਕੀਤਾ ਤਾਂ ਉਸਨੇ ਸਿੱਖ ਕਮਿਊਨਿਟੀ ਦਾ ਵਾਸਤਾ ਦਿੰਦੇ ਹੋਏ ਕਿਹਾ ਸੀ ਕਿ ਉਹਨਾਂ ਨੂੰ ਡਰ ਸੀ ਕਿ ਉਹਨਾਂ ਦੀ ਆਪਣੀ ਸੋਸਾਇਟੀ ਦੇ ਵਿੱਚ ਬਦਨਾਮੀ ਹੋ ਜਾਵੇਗੀ ਇਹ ਬਦਨਾਮੀ ਤੋਂ ਬਚਾਉਂਦੇ ਬਚਾਉਂਦੇ ਉਹਨਾਂ ਨੇ ਆਪਣਾ ਸਭ ਕੁਝ ਤਬਾਹ ਕਰ ਲਿਆ ਇਸ ਸਟੋਰੀ ਤੋਂ ਸਾਨੂੰ ਇਹ ਚੀਜ਼ ਸਿੱਖਣ ਦੀ ਲੋੜ ਹੈ ਜੇ ਅਸੀਂ ਵੱਡੇ ਮੋਰਤ ਤੇ ਵੱਡੀਆਂ ਸੋਸਾਇਟੀਆਂ ਦੇ ਵਿੱਚ ਜਾ ਰਹੇ ਹਾਂ ਜਿੱਥੇ ਸਾਨੂੰ ਬਹੁਤ ਸਾਰਾ ਲਾਭ ਹੋਵੇਗਾ ਉੱਥੇ ਸਾਨੂੰ ਉਹਨਾਂ ਦੇ ਮਤਾਬਕ ਵੀ ਰਹਿਣਾ ਪਵੇਗਾ ਉਹਨਾਂ ਦੀ ਸੋਸਾਇਟੀ ਦੇ ਮਤਾਬਕ ਵੀ ਜ਼ਿੰਦਗੀ ਜਿਉਣੀ ਪਵੇਗੀ ਕਿਉਂਕਿ ਵੱਡੀਆਂ ਸਾਈਡੀਆਂ ਦੇ ਵਿੱਚ ਆ ਕੇ ਤੁਸੀਂ ਇਕੱਲਾ ਪੈਸੇ ਦਾ ਸਟੈਂਡਰਡ ਹੀ ਨਹੀਂ ਚੱਕ ਸਕਦੇ ਤੁਹਾਨੂੰ ਅਕਲ ਦਾ ਸਟੈਂਡਰਡ ਵੀ ਜ਼ਰੂਰ ਚੱਕਣਾ ਪਵੇਗਾ ਮਿਲਦੇ ਹਾਂ ਜਲਦੀ ਨਵੀਂ ਸਟੋਰੀ ਦੇ ਵਿੱਚ ਧੰਨਵਾਦ